अल्कोहल कंजम्पशन इज इंजूरियस टू हेल्थ। शराब पीना सेहत के लिए हानिकारक है। ਕਿੱਥੇ ਚੱਲੀਏ ਗੋਭੀ ਦਾ ਫੁੱਲ ਬਣ ਕੇ, ਨੀ ਜੱਟੀਏ ਬਦਾਮੀ ਰੰਗੀਏ। ਕਿੱਥੇ ਚੱਲੀਏ ਗੋਭੀ ਦਾ ਫੁੱਲ ਬਣ ਕੇ, ਨੀ ਜੱਟੀਏ ਬਦਾਮੀ ਰੰਗੀਏ। ਹੈ ਪ੍ਰਸਿੰਨੋ, ਉੱਥੇ ਠੰਡੇ ਠੰਡੇ ਪਹਾੜਾਂ ਦੀ ਸੈਰ ਕਰਾਉਂਗਾ, ਨਾਲੇ ਬਰਫ ਚ ਖੇਡਾਂਗੇ ਲੁਕਣ ਮੀਚੀਆਂ। ਤੂੰ ਮੇਥੋਂ ਖੋਸੜੇ ਨਾ ਖਾਲੀ, ਟੇਕਾ ਲੁਕਣ ਮੀਚੀਆਂ ਦਾ। ਓ ਭਾਈ ਸਾਹਿਬ, ਓਏ ਆਸ਼ਕੀਆਂ ਪਰੇ ਪਾਰ ਕੇ ਜਾ ਕੇ ਮਾਰੋ, ਇੱਥੇ ਗੱਡੀ ਦੇ ਝਰੀਟ ਮਾਰ ਦੋਗੇ ਪਰਾਂ ਦਫਾ ਹੋ। ਦੰਦ ਪਾਇਆ ਇਹਨਾਂ ਨੇ। ਉਹ ਜਾਂਦਾ ਰਹਿ ਜਾਂਦਾ ਰਹਿ, ਹੱਥੋਂ ਨੂੰ ਵੀ 25 ਗੱਡੀਆਂ ਇਕੱਠੀਆਂ ਕਰਦਿਆ। ਚੱਕੀ ਫਿਰਦਾ ਗੱਡੀਰਾ ਜਾ, ਗੱਡੀ ਨਾ ਹੋ ਗਈ ਜਹਾਜ਼ ਹੋ ਗਿਆ ਤੇਰਾ। ਬੇਗਾਨੀਆਂ ਗੱਡੀਆਂ ਖੋਲੇ, ਖੜ ਖੜ ਕੇ ਸੈਲਫੀਆਂ ਲੈਣ ਵਾਲੇ ਲੱਡੂ ਆਸ਼ਕਾਂ ਨੂੰ ਮੇਰੀ ਜਾਨ ਦੀ ਜੁੱਤੀ। ਪ੍ਰਸਿੰਨੋ, ਸ਼ਿਮਲੇ ਵਾਲਾ ਟੂਰ ਫਿਰ ਮੈਂ ਕੈਂਸਲ ਹੀ ਸਮਝਾਂ। ਇਹ ਹੈ ਫੁਕਰਾ ਨੰਬਰ 1, ਮੱਦੀ ਭੌਂਕਾ। ਸੋਨਾ ਰੂੜੀਆਂ ਤੇ ਸੁਪਨੇ ਸੀਸ ਮਹਿਲਾਂ ਦੇ। ਉਹ ਪਰਸੇਨੀਏ, ਜੇ ਕਹੇ ਤਾਂ ਛੱਡਾ ਵਾਂ। ਲੈ ਇੱਕ ਹੋਰ ਟੱਕਰ ਗਿਆ ਨੂੰ। ਮੈਂ ਕਿਹਾ ਕਿੱਥੇ ਜਾਏਗੀ ਲੱਤਾਂ ਮਾਰਦੀ ਇੰਨੀ ਦੂਰ, ਕਦੇ ਸਾਡਾ ਵੀ ਫਾਇਦਾ ਚੱਕ ਲਿਆ ਕਰ। ਭੋਲਿਆ ਟਲ ਜਾ, ਵਧੀਆ ਰਹੇਗਾ। ਉਹ ਗੁੱਸੇ ਕਾਹਤੋਂ ਹੁੰਦੀ ਆ ਮੇਰੀ ਪਰਸਿੰਨੋ, ਆ ਬੈਠ ਬੂਰੇ ਡੰਡੇ ਤੇ, ਹੁਣੇ ਚੱਕ ਦੂਰੇ ਸਾਂ, 5 ਮਿੰਟ ਲਾਉ ਸਾਰੇ। ਮੈਨੂੰ ਲੱਗਦਾ ਤੇਰੇ ਵੀ ਓਨਾ ਚਿਰ ਠੰਡ ਨਹੀਂ ਪੈਂਦੀ ਜਿੰਨਾ ਚਿਰ ਹਥੌਲਾ ਨਾ ਕਰਾ ਲੇ ਕਿਸੇ ਤੋਂ। ਉਹ ਠੰਡ ਮੇਰੇ ਹਥੌਲੇ ਨਾਲ ਵੀ ਨਹੀਂ ਪੈਂਦੀ। ਚੱਲ ਨਹੀਂ ਬੈਠਣਾ ਨਾ ਬੈਠ, ਫਿਰ ਐਂ ਤਾਂ ਦੱਸ ਤੀਵੀਂ ਕਿਵੇਂ ਟਿਕਾਈ ਦੀ ਆ। ਮਰ ਜਾਣਿਆ ਟਿਕਾਈ ਵੀ ਜਾਂਦਾ, ਪਰ ਮੈਂ ਇੱਦਾਂ ਦੀ ਨਹੀਂ ਹੈਗੀ।
ਸਮਝਿਆ? ਓਏ ਹੋਰ ਤੂੰ ਕਿੱਦਾਂ ਦੀ ਆ? ਉਹ ਥੱਪੜ ਥੋੜਾ ਮਾਰ ਕੇ ਗਈ ਆ, 5 ਵਜੇ ਟਾਈਮ ਤੇ ਗਿਆ ਸਾਡੇ ਨਾਲ। ਇਹ ਹੈ ਫੁਕਰਾ ਨੰਬਰ 2, ਭੋਲਾ ਗੋਭੀ ਵਾਲਾ। ਤੀਵੀਂ ਭਾਵੇਂ ਕਿਸੇ ਦੀ ਹੋਵੇ, ਇਹ ਉਹਨੂੰ ਆਪਣੀਓ ਸਮਝਦਾ। ਸਬਜ਼ੀ ਵੇਚਣ ਦਾ ਕੰਮ ਸੀ, ਆ ਗਾਉਣ ਵਾਲਾ ਕੀੜਾ ਸਹੁਰੇ ਨੂੰ ਪਤਾ ਨਹੀਂ ਕਿੱਥੋਂ ਵੱਢ ਗਿਆ। ਸਬਜ਼ੀ ਵਾਲਾ ਕੰਮ ਤਾਂ ਹੁਣ ਬੰਦ ਪਿਆ, ਗਾਉਣ ਵਾਲਾ ਤੁਹਾਨੂੰ ਪਤਾ ਹੀ ਹੈ। ਆਓ ਦੇਖਦੇ ਹਾਂ ਇਹਨਾਂ ਦੀਆਂ ਫੁਕਰ ਪੰਕਤੀਆਂ। ਇਹ ਕਿੱਥੇ ਚੱਲੀ ਆ ਪ੍ਰਸੰਨੋ? ਕੀ ਹੋਇਆ? ਹੁਣ ਕੀ ਲੈਣਾ ਹੈ ਕੰਜਰਾ? ਮੈਨੂੰ ਗੱਲ ਤਾਂ ਦੱਸ, ਹੋਇਆ ਕੀ ਆ? ਮੈਂ ਚੱਲੀ ਆ ਪੇਕੇ, ਖਸਮਾਂ ਨੂੰ ਖਾਏ ਤੂੰ ਤੇ ਖਸਮਾਂ ਨੂੰ ਖਾਏ ਤੇਰਾ ਘਰ। ਗੱਲ ਤਾਂ ਦੱਸ, ਹੋਇਆ ਕੀ ਆ? ਉਹ ਤੇਰੇ ਲੰਡੂ ਯਾਰ, ਇੱਕ ਮੈਨੂੰ ਸਾਈਕਲ ਤੇ ਬਿਠਾਉਣ ਨੂੰ ਫਿਰਦਾ ਹੈ ਤੇ ਦੂਜਾ ਮੈਨੂੰ ਸ਼ਿਮਲਾ ਘਮਾਉਣ ਨੂੰ ਫਿਰਦਾ ਹੈ, ਤੇ ਕੰਜਰਾ ਤੂੰ ਕੀ ਕਰਦਾ ਆ? ਅੱਛਾ, ਉਹਨਾਂ ਸਾਲਿਆਂ ਦੀ ਇੰਨੀ ਹਿੰਮਤ? ਦੇਖਦੀ ਜਾ ਮੈਂ ਉਹਨਾਂ ਦਾ ਹਾਲ ਕੀ ਕਰਦਾ। ਤੂੰ ਪੇਕੇ ਨਾ ਜਾ, ਤੂੰ ਘਰੇ ਬਹਿ, ਮੈਂ ਹੁਣੀ ਜਾਣਾ। ਤੂੰ ਦੇਖਦੀ ਜਾ ਮੈਂ ਸਾਲਿਆਂ ਦਾ ਹਾਲ ਕੀ ਕਰਦਾ। ਹੁਣ ਨਹੀਂ ਬਚਦੇ ਸਾਲੇ, ਦੇਖੀ ਪ੍ਰਸੰਨੋ ਮੈਂ ਉਹਨਾਂ ਦੇ ਕਿਵੇਂ ਗਲ ਵੱਟ ਕੇ ਲਿਆਉਣਾ। ਪਰ ਤੂੰ ਅੰਦਰ ਜਾ, ਚੱਲ 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 ਚੱਲ। ਇਹ ਹੈ ਫੁਕਰਾ ਨੰਬਰ 3, ਵੀਰਾ ਖੱਚ। ਕਹਿੰਦੇ ਸੋਹਣੀ ਘਰ ਵਾਲੀ ਵੀ ਨੇਰੀ ਮੁਸੀਬਤ ਦੀ ਜੜ ਹੁੰਦੀ ਆ, ਵੀਰਾ ਵਿਚਾਰਾ ਕਰੇ ਤਾਂ ਕੀ ਕਰੇ। ਆਲੂ ਲੈ ਲੋ, ਗੋਭੀ ਲੈ ਲੋ, ਆਲੂ ਲੈ ਲੋ, ਗੋਭੀ ਲੈ ਲੋ, ਆਲੂ ਲੈ ਲੋ, ਗੋਭੀ ਲੈ ਲੋ, ਆਲੂ ਲੈ ਲੋ, ਗੋਭੀ ਲੈ ਲੋ। ਗੋਭੀ ਕੀ ਰੇਟ ਲਾਈ ਹੈ?
ਨਹੀਂ ਲਾਉਂਦੀ ਦਿਲ ਆਪਣੇ ਦਾ ਭਰ ਅਖਜਾਨਾ ਆਪਣੇ ਦਿਲ ਦਾ ਭਰ ਅਖਜਾਨਾ ਤੇਰੇ ਨਾਮੇ ਲਾਉਣਾ ਨਹੀਂ ਮਿਲਣਾ ਰੋਜ਼ ਮੈਂ ਤੈਨੂੰ ਨਿਤ ਹੀ ਦਰਸ਼ਨ ਪਾਉਣਾ ਨਹੀਂ ਮਿਲਣਾ ਰੋਜ਼ ਮੈਂ ਤੈਨੂੰ ਰੱਜ ਕੇ ਜੀ ਪਰਚਾਉਣਾ ਨਹੀਂ ਮਿਲਣਾ ਰੋਜ਼ ਮੈਂ ਤੈਨੂੰ ਤੈਨੂੰ ਪੁੱਛਦੀ ਆ ਸਬਜ਼ੀ ਕੀ ਰੇਟ ਲਾਈ ਐ? ਉਹ ਲੈ ਲੋ ਜੀ ਲੈ ਲੋ, ਥੋਤੋਂ ਕਿਹੜਾ ਰੇਟ ਲੈਣਾ, ਇੱਧਰ ਹੀ ਲੈ ਲੋ ਨਾ। ਤੂੰ ਮੇਰਾ ਕੀ ਰਿਸ਼ਤੇਦਾਰ ਹੈ ਜਿਹੜਾ ਮੈਨੂੰ ਫ੍ਰੀ ਸਬਜ਼ੀ ਦੇਈ ਜਾਂਦਾ? ਉਹ ਰਿਸ਼ਤਾ ਵੀ ਬਣ ਜੂ ਜੇ ਤੁਸੀਂ ਚਾਹੋਗੇ। ਆ ਵੈਸੇ ਤੁਹਾਡੀ ਆਵਾਜ਼ ਬੜੀ ਵਧੀਆ, ਜੇ ਤੁਸੀਂ ਗਾਉਣ ਲੱਗ ਜਾਓ ਨਾ ਸਾਰੀਆਂ ਗਾਇਕਾਂ ਨੂੰ ਪਿੱਛੇ ਛੱਡ ਜਾਓ ਧਰਮ ਨਾਲ। ਨਾ ਤੂੰ ਵੇਚਦਾ ਤਾਂ ਸਬਜ਼ੀ ਹੈ, ਤੈਨੂੰ ਕੀ ਪਤਾ ਕਲਾਕਾਰਾਂ ਤੇ ਗਾਇਕਾਂ ਬਾਰੇ ਕੀ ਆਵਾਜ਼ ਵਧੀਆ ਕਿਵੇਂ ਦੀ ਹੁੰਦੀ ਹੈ। ਲੈ ਕਰਤੀ ਨਾ ਉਹੀ ਗੱਲ, ਇਹ ਆ ਚੱਕੋ ਮੇਰਾ ਕਾਰਡ। ਉਹ ਮੈਂ ਵੀ ਕਲਾਕਾਰ ਹਾਂ ਭੋਲਾ ਗੋਭੀ ਵਾਲਾ, ਆਹ ਸਬਜ਼ੀ ਤਾਂ ਮੈਂ ਫ੍ਰੀ ਟਾਈਮ ਵੇਚਦਾ, ਫੁੱਲ ਟਾਈਮ ਦਾ ਕਲਾਕਾਰੀ ਉਹ ਚੱਲਦੀ ਆ। ਭਵਾਨੀ ਗਾਰਡ ਸਵਾਣੇ ਚੌਂਕ 'ਚ ਦਫ਼ਤਰ ਆਪਣਾ, ਆ ਜਾਈਂ ਉੱਥੇ, ਸਿੰਗਰ ਬਣਾ ਦੂੰ ਤੈਨੂੰ 3 ਦਿਨਾਂ 'ਚ। ਤੂੰ ਬੜਾ ਛੁਪਿਆ ਰੁਸਤਵ ਨਿਕਲਿਆ, ਸੱਚੀ ਮੈਨੂੰ ਤਾਂ ਬੜਾ ਹੀ ਸ਼ੌਂਕ ਹੈ ਕਲਾਕਾਰੀ ਦਾ, ਪਰ ਮੈਨੂੰ ਆਉਂਦੀ ਨਹੀਂ, ਮੈਂ ਨਾ ਜਾਣਦੀ ਨਹੀਂ ਕਿਸੇ ਨੂੰ। ਲੈ ਤੈਨੂੰ ਜਾਣਨ ਦੀ ਕੀ ਲੋੜ ਆ, ਉਹ ਸਾਰੀ ਦੁਨੀਆ ਤੈਨੂੰ ਜਾਣੂਗੀ ਜਦ ਆਪਣਾ ਦੁਕਾਨਾ ਹਿੱਟ ਹੋ ਗਿਆ ਨਾ। ਉਹ ਕਾਰਾਂ 'ਚ ਘੁੰਮਿਆ ਕਰੇਂਗੀ, ਕਾਰਾਂ 'ਚ ਰਾਤ ਦਿਨ ਪ੍ਰੋਗਰਾਮ ਹੀ ਪ੍ਰੋਗਰਾਮ, ਖਾੜੇ ਖਾੜੇ ਦੇਖੀ ਫਿਰ। ਆਏ ਫਿਰ ਆਪਣੀ ਜੋੜੀ ਤਾਂ ਚਮਕੀਲੇ ਅਤੇ ਅਮਰਜੋਤ ਵਾਂਗੂ ਹਿੱਟ ਹੋ ਗਈ, ਸੁਪਰ ਹਿੱਟ। ਹਾਂ ਇੱਕ ਗੱਲ ਆ, ਆ ਖਾਲੀ ਹੱਥ ਨਾ ਹੀ, ਉਸਤਾਦੀ ਦੀ ਇੱਕ ਰਸਮ ਹੁੰਦੀ ਆ। ਉਸਤਾਦੀ ਦੀ ਰਸਮ? ਇਹ ਕੀ ਹੁੰਦੀ ਆ? ਓਹੋ ਗਾਣਾ ਸਿਖਾਉਣਾ ਪਊ ਪਹਿਲਾਂ ਤੈਨੂੰ, ਤਾਂ ਹੀ ਗਾਇਕਾ ਬਣੇਗੀ, ਤਾਂ ਹੀ ਸੁਪਰ ਹਿੱਟ ਹੋਵੇਗੀ। ਮੈਂ ਤੇਰਾ ਉਸਤਾਦ, ਤੂੰ ਮੇਰੀ ਚੇਲੀ, ਆ 11,000 ਰੁਪਇਆ ਨਕਦ, ਇੱਕ ਜੋੜਾ ਸਮੇਤ ਪੱਗ ਤੁਰਲੇ ਵਾਲੀ, ਬਸ ਆਹੀ ਖਰਚਾ ਤੇਰਾ, ਲੈ ਕੇ ਆ ਜੀ। ਇਸ ਤੋਂ ਬਾਅਦ ਤਾਂ ਤੂੰ ਸੁਪਰ ਹਿੱਟ ਗਾਇਕਾ, 5-5 ਲੱਖ ਰੁਪਇਆ ਲੈ ਕੇ ਰਹੇਗੀ, 5-5 ਲੱਖ ਰੁਪਇਆ। ਹਾਂ ਸੌ ਲੱਗੇ, ਮੈਨੂੰ ਸਿਖਾ ਦੇ ਤੂੰ ਗਾਇਕੀ, ਚੇਲੀ ਬਣ ਕੇ ਰਹੂੰਗੀ ਫਿਰ ਮੈਂ ਤੇਰੀ, ਪੈਸੇ ਲੈ ਕੇ ਆਉਂਗੀ ਮੈਂ ਸਵੇਰੇ। ਹਾਂ ਆ ਜਾਈਂ ਗਿਰਾ ਨਾ ਧੋ ਕੇ, ਠੀਕ ਆ, ਮੈਂ ਤੇਰਾ ਇੰਤਜ਼ਾਰ ਕਰੂੰਗਾ, ਠੀਕ ਆ। ਆ ਗੋਭੀ ਲੈ ਲੋ, ਆਲੂ ਲੈ ਲੋ, ਆਪਣੇ ਕੱਦੂ ਲੈ ਲੋ, ਉਹ ਲੈ ਲੋ ਕੁਛ ਤਾਂ ਲੈ ਲੋ, ਆਲੂ ਲੈ ਲੋ, ਗੋਭੀ ਲੈ ਲੋ, ਆਲੂ ਲੈ ਲੋ, ਗੋਭੀ ਲੈ ਲੋ। ਤੂੰ ਮੇਰਾ ਬਾਈ, ਮੈਂ ਤੇਰਾ ਬਾਈ, ਆਪਾਂ ਤਾਂ ਮੈਂ ਬਾਈ ਬਾਈ ਚੈੱਕ। ਤੂੰ ਵਧੀਆ ਯਾਰ, ਵਿੱਚ ਤੂੰ ਗਾਉਣ ਪਾਣੀ ਕਰੀ ਜਾਂਦਾ, ਵਿੱਚ ਤੂੰ ਆਲੂ ਗੋਭੀ ਵਿੱਚ ਹੀ, ਆਲੂ ਲੈ ਗੋਭੀ ਲੈ ਪ੍ਰਿੰਡ ਤੋਰੀ ਲੈ। ਤੂੰ ਗਾਉਣ ਪਾਣੀ ਵਾਲਾ ਕੰਮ ਥੋੜ੍ਹਾ ਜਿਹਾ ਹੋਰ ਚੱਕ, ਆਲੂ ਗੋਭੀ ਤਾਂ ਜਦੋਂ ਮਰਜ਼ੀ ਵੇਚ ਲਈ ਬਾਈ, ਤੇਰੀ ਆਵਾਜ਼ ਦਾਵਾਂ ਪਤੰਦਰਾ, ਇੱਟ ਹੋ ਸਕਦਾ ਤੂੰ,
ਹਿੱਟ ਹੋ ਸਕਦਾ। ਲੈ ਫਿਰ ਕਰ ਹੈਲਪ, ਹੋਰ ਕੀ ਯਾਰਾਂ ਦਾ ਯਾਰ ਪਾਈਦਾ, ਦੇ 20,000 ਰੁਪਈਆ ਲਾਵਾਂ ਐਡਾ ਵੱਡਾ ਬੋਰਡ ਬਣਾ ਕੇ ਭਵਾਨੀਗੜ੍ਹ ਚੌਂਕ 'ਚ ਇੰਟਰਨੈਸ਼ਨਲ ਕਲਾਕਾਰ ਭੋਲਾ ਗੋਪੀ ਵਾਲਾ, ਅਤੇ ਨਾਲੇ ਕੱਢਾਂਗੇ ਡਿਊਟ ਬੀਬਾ ਕਰਮਜੀਤ ਅਨਮੋਲ ਨਾਲ, ਫਿਰ ਭੂਤ ਤੱਕ। ਕੀ ਕਹਿੰਦਾ ਬਾਈ? ਉਹ ਬਾਈ ਮੈਂ ਤਾਂ ਕੁਝ ਨਹੀਂ ਕਹਿੰਦਾ ਗਾ। ਸਾਲਿਆ ਕਹਿ ਫਿਰ, ਕਹਿੰਦਾ ਕਿਉਂ ਨਹੀਂ? ਦੇਖ ਬਾਈ ਆਪਾਂ ਤਾਂ ਖਾਕੀ ਰੰਗ ਆ ਜਾਵਾਂ, ਆਪਣੇ ਕੋਲ ਤਾਂ ਜਵਾਨੀ ਨਹੀਂ ਯਾਰ, ਆਪਣੀ ਬੱਕੀ ਆ ਜੇਬ ਗਰਜ ਆਪੋ ਆਪਣਾ। ਹੁਣ ਤੂੰ ਦੱਸ ਬਾਈ ਕੀ ਕਹਿੰਦਾ? ਨਾ ਸਾਲਿਆ ਜੇ ਤੇਰੀ ਜੇਬ 'ਚ ਜਵਾਨੀ ਨਹੀਂ ਤਾਂ ਦਾਰੂ ਰੱਖ, ਰੱਖ ਦਾਰੂ, ਉੱਡ ਜਾ ਸਾਲਿਆ। ਓ ਚੰਗਾ ਚੰਗਾ, ਮੈਂ ਧਾਰ ਮਾਰਦਾ ਤੇਰੀ ਦਾਰੂ ਦੇ ਜਾਲੇ ਭੁੱਖ ਨੰਗ। ਅੱਜ ਤੂੰ ਆਪਣੀ ਯਾਰੀ ਖਤਮ, ਤੇਰਾ ਰਾ ਉੱਧਰ ਮੇਰਾ ਰਾ ਇੱਧਰ। ਓ ਯਾ ਯਾ ਸਾਲਾ ਵੱਡਾ ਰੰਗਾ ਬਿਲਾ, ਨਾ ਯਾਰੀ ਨੂੰ ਕਿਵੇਂ ਆਪਣੀ ਪੱਗ ਪਟਾਈ ਹੋਈ ਸੀ ਸਾਲੇ ਲੰਡੂ ਯਾਰ, ਦਾਰੂ ਦੇ ਕੇ ਜੀਵ ਮੁੱਟਣ ਲੱਗ ਜਾਂਦੇ ਇਹਨਾਂ ਦੀ, ਸਾਲੇ ਵੱਡੇ ਬੈਲੀ ਬਣੇ ਫਿਰਦੇ ਆ। ਆਲੂ ਲੈ, ਗੋਭੀ ਲੈ, ਭਰਿੰਡ ਤੋਰੀ ਲੈ। ਉਹ ਗੋਪੀ, ਉਹ ਤਾਰੀ, ਉਹ ਤਿਆਰ ਹੈ? ਓਏ ਹੋ ਸਕਦਾ ਕੋਈ ਪ੍ਰੋਗਰਾਮ ਮਿਲ ਜਾਏ ਆਪਾਂ ਨੂੰ, ਨਾਲ ਇੱਕ ਗੱਲ ਹੋਰ, ਕਰਮਜੋਤ ਨਾਲ ਆਪਣਾ ਡਿਊਟ ਸੌਂਗਾ ਨਾਲ, ਮਸ਼ਹੂਰ ਤਾਂ ਮੈਂ ਪਹਿਲੇ ਵੀ ਬਥੇਰਾ ਸੀ, ਹੁਣ ਹੋਰ ਹੋ ਜਾਓ ਕਿ ਨਹੀਂ? ਭਾਅ ਜੀ ਤੁਸੀਂ ਇੰਨੇ ਮਸ਼ਹੂਰ ਸਿੰਗਰ, ਰੇਡੀਓ ਅਤੇ ਟੀ ਵੀ ਕਲਾਕਾਰ, ਪਰ ਭਾਅ ਜੀ ਅੱਜ ਤੱਕ ਤੇਰਾ ਗੀਤ ਨਹੀਂ ਦੇਖਿਆ ਅਸੀਂ ਟੀ ਵੀ 'ਤੇ। ਓਹੋ, ਉਹ ਮੈਂ ਉਹ ਟੀ ਵੀ ਕਲਾਕਾਰ ਨਹੀਂ ਹੈਗਾ, ਉਹ ਟੀ ਵੀ ਕਲਾਕਾਰ ਤਾਂ ਮੈਂ ਤਾਂ ਲਿਖਾਇਆ ਵੀ ਮੈਨੂੰ ਟੀ ਵੀ ਦੀ ਬਿਮਾਰੀ ਆ। ਅਤੇ ਉਸਤਾਦ ਤੁਸੀਂ ਬੋਰਡ 'ਤੇ ਲਿਖਾਇਆ ਅਮਰੀਕਾ, ਕਨੇਡਾ, ਜਪਾਨ, ਬੰਗਲਾਦੇਸ਼ ਅਖਾੜਾ ਲਾਉਣ ਲਈ ਮਿਲੋ, ਇੰਟਰਨੈਸ਼ਨਲ ਸਿੰਗਰ ਭੋਲਾ ਗੋਭੀ ਵਾਲਾ ਅਤੇ ਬੀਬਾ ਕਰਮਜੋਤ, ਤੁਸੀਂ ਪੰਜਾਬ 'ਚ ਕਿਉਂ ਨਹੀਂ ਅਖਾੜਾ ਲਾਉਂਦੇ? ਓਹੋ ਤੂੰ ਅਖਾੜਿਆਂ ਦੀ ਗੱਲ ਕਰਦਾ ਹੈਂ? ਉਹ ਦੇਖ ਬਾਈ ਇੱਥੇ ਤਾਂ ਸਾਰੇ ਜਾਣਦੇ ਨੇ, ਹੇਕ ਬਾਅਦ 'ਚ ਲਾਈ ਦੀ ਆ, ਬਾਂਹ ਫੜ ਕੇ ਪਹਿਲਾਂ ਤਾਰ ਲੈਂਦੇ ਨੇ। ਇੱਕ ਰਾਜ ਦੀ ਗੱਲ ਦੱਸਾਂ, ਮੈਨੂੰ ਸਟੇਜ ਤੋਂ ਕਈ ਵਾਰੀ ਤਾਰਿਆ ਪਰ ਆਪਾਂ ਕਦੇ ਬੇਇੱਜ਼ਤੀ ਨਹੀਂ ਮੰਨੀ, ਕਿਉਂ? ਉਹ ਭਾਅ ਜੀ ਅਗਲਾ ਅਖਾੜਾ ਕਿੱਥੇ ਬੁੱਕ ਕੀਤਾ? ਦੁਬਈ। ਪਰ ਸੱਚੀ ਗੱਲ ਇਹ ਆ ਅਖਾੜਾ ਬੁੱਕ ਨਹੀਂ ਹੋਇਆ, ਪੱਲਿਓ ਪੈਸੇ ਦੇ ਕੇ ਅਖਾੜਾ ਬੁੱਕ ਕਰਾਇਆ ਤਾਂ ਕਿ ਇੱਥੇ ਜਗਰਾਤੇ ਪੈਣ ਲੱਗ ਜਾਣ। ਹਾਂ ਕਿਉਂ, ਕੀ ਕਹਿੰਦੇ ਹੋ? ਅਸੀਂ ਉਸਤਾਦ ਕੁਝ ਨਹੀਂ ਕਹਿੰਦੇ। ਹਾਂ ਉਹ ਬਾਈ ਯਾਰ ਮੇਰਾ ਬਟੂਆ ਗਿਰ ਗਿਆ, ਮੇਰੇ ਕੋਲ ਕਿਰਾਇਆ ਨਹੀਂ ਹੈਗਾ ਪਿੰਡ ਜਾਣ ਵਾਸਤੇ। ਉਹ ਕਿਰਾਇਆ ਤਾਂ ਸਾਡੇ ਕੋਲ ਹੈ ਨਹੀਂ, ਨਾ ਸਾਡੇ ਕੋਲ ਪੈਸੇ ਨੇ। ਤੂੰ ਐਂ ਕਰ, ਇਹ ਆਹ ਫੋਨ ਨੰਬਰ ਲੈ ਜਾ। ਆਹ ਨੰਬਰ ਦਾ ਮੈਂ ਕੀ ਕਰੂੰਗਾ? ਉਹ ਯਾਰ ਜੇ ਕੋਈ ਪਿੰਡ 'ਚ ਪ੍ਰੋਗਰਾਮ ਹੋਇਆ ਤਾਂ ਸਾਨੂੰ ਫੋਨ ਕਰ ਦੀ, ਹੈਂ? ਹਾਂ ਠੀਕ ਆ। ਕੇ ਪਾਗ ਗੰਗਰੂ ਬਾਂਧ ਵੀਰਾ ਨਾਚੀ।
ਕੇ ਪੱਗ ਗੰਗਰੂ ਬੰਦ ਮੀਰਾ ਦਾ ਕੀਤੀ ਏ ਲੈ ਵੇ ਵੀਰਿਆ ਹੋਰ ਗੱਲ ਸੁਣ ਤੂੰ ਗੱਲਾਂ ਕੀ ਕਰਦਾ ਮੈਂ ਇੱਕ ਵਾਰੀ ਰੋਡਵੇਜ਼ ਦੀ ਬੱਸ ਦੀ ਕੰਧ ਉੱਤੋਂ ਦੀ ਛਾਲ ਮਰਵਾਤੀ ਸੀ ਉਹ ਵੀ ਬੈਂਕ ਗੇਅਰ 'ਚ ਇਹਨੂੰ ਕਹਿੰਦੇ ਆ ਡਿਲੈਵਰੀ ਹੋਰ ਸੁਣ ਨਾਲੇ ਮੈਂ ਤੇਰੀ ਭਾਬੀ ਵਾਸਤੇ 3 ਲੱਖ ਦੇ ਸੈਂਡਲ ਲੈ ਆਇਆ ਬਾਜ਼ਾਰੋਂ ਉਹ ਤਾਂ ਸਾਲੇ ਦਾ ਮੈਨੂੰ ਘਰੇ ਆ ਕੇ ਪਤਾ ਲੱਗਿਆ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਗੱਲ ਸੁਣੋ ਮੇਰੀ ਜੇ ਤੂੰ ਹੁਣ ਬਕਵਾਸ ਕੀਤੀ ਹੈ ਨਾ ਮੈਂ ਇੱਥੇ ਜੁੱਤੀ ਲਾ ਲੈਣੀ ਹੈ ਸਿੱਟੀ ਜਾਂਦਾ ਗੋਲੇ ਚੱਲ ਕੰਮ ਕਰ ਪਤਾ ਜੋ ਜਾਣਦਾ ਗੱਪੀ ਨਹੀਂ ਤੇ ਨਾ ਸਹੀ ਔਖਾ ਕਾਹਤੋਂ ਹੁੰਦਾ ਤੈਨੂੰ ਕੀ ਪਤਾ ਘੁੱਗੀ ਕਿਹੜੇ ਵੇਲੇ ਆਂਡੇ ਦਿੰਦੀ ਹੈ ਹਾਂ ਅਨਪੜ੍ਹ ਗਵਾਰ ਕਿਸੇ ਥਾਂ ਦਾ ਜੇ ਕਦੇ ਸਮਾਣਾ ਟੱਪਿਆ ਹੋਵੇ ਤਾਂ ਤੈਨੂੰ ਪਤਾ ਹੋਵੇ ਲੱਖਾਂ ਰੁਪਈਆਂ ਦੀ ਗੱਲ ਦੀ ਪੱਟੀ ਨੇ ਇਸ ਕਰਕੇ ਰੱਖਤੀ ਹੈ ਵੀਰਿਆ ਕੰਜਰ ਦੇ ਨੂੰ ਭੋਰਾ ਸ਼ਰਮ ਨਹੀਂ ਇੰਨੇ ਗਪੌੜ ਇੰਨੇ ਗੱਪ ਤੌਬਾ ਤੌਬਾ ਤਾਨਾ ਤੂੰ ਜਿਹੜਾ ਇਹਨਾਂ ਦੀਆਂ ਸੁਣੀ ਜਾਂਦਾ ਮੈਂ ਤਾਂ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਜੁੱਤੀ ਲਾ ਲਿਆ ਕਰਾਂ ਸਹੁਰੀ ਦਾ ਪਤਾ ਨਹੀਂ ਕੀ ਖਾ ਕੇ ਜੰਮਿਆ ਇਹਦੀ ਬੁੜੀ ਚੱਲ ਦਫਾ ਕਰ ਆਪਾਂ ਵੀ ਦੇਖੀਏ ਕੋਈ ਕੰਮ ਕਰ ਚੱਲ ਬਾਈ ਆਇਆ ਤਾਇਆ ਤੂੰ ਵੀ ਉਹ ਖਾ ਲਾ ਬਦਾਮ ਇਹਦੇ ਨਾਲ ਗਲਾ ਸਾਫ਼ ਰਹਿੰਦਾ ਕਦੇ ਖਾੜਾ ਖੁੜਾ ਹੀ ਆ ਜਾਂਦਾ ਕੋਈ ਉਹ ਖਾ ਲਾ ਹੁਣ ਨਖਰੇ ਕਿਉਂ ਕਰਦੀ ਆ ਹਾਂ ਸ਼ਾਬਾਸ਼ ਮੈਨੂੰ ਨਹੀਂ ਉਮੀਦ ਕਿ ਸਾਰੀ ਜ਼ਿੰਦਗੀ ਆਪਣਾ ਕੋਈ ਖੜਾ ਬੁੱਕ ਹੋ ਜੇ ਸਾਰਾ ਸੀਜ਼ਨ ਲੰਘ ਗਿਆ ਇੱਕ ਵੀ ਪ੍ਰੋਗਰਾਮ ਨਹੀਂ ਆਇਆ ਇੱਕ ਵੀ ਖੜਾ ਨਹੀਂ ਬੁੱਕ ਹੋਇਆ ਅਖਾੜਾ ਤਾਂ ਬੜੀ ਦੂਰ ਦੀ ਗੱਲ ਹੈ ਆਪਾਂ ਨੂੰ ਤਾਂ ਕਿਸੇ ਨੇ ਮਰਗਤ ਦੇ ਭੋਗ ਤੇ ਨਹੀਂ ਬੁਲਾਇਆ ਉਹ ਕੀ ਮੰਦਾ ਤੀ ਆ ਗਾਹਾਂ ਨੂੰ ਦੇਖੀ ਆਪਣੇ ਕੋਲ ਰੋਟੀ ਖਾਣ ਦਾ ਵੇਲ ਨਹੀਂ ਰਹਿਣਾ ਹਾਂ ਲੈ ਰੋਟੀ ਖਾਇਆ ਕਿਹਨੇ ਕਰਨੀ ਆ ਫਿਰ ਫਿਰ ਤਾਂ ਲੈਗ ਪੀਸ ਹੀ ਚੱਲਿਆ ਕਰਨਗੇ ਹਾਂ ਓਏ ਕਿਵੇਂ ਆ ਭੋਲਿਆ ਜਮਾਈ ਬੈਠਾ ਖੜਾ ਓਏ ਆ ਵੀ ਨਾਜਰਾ ਉਹ ਬਸ ਬਾਈ ਬੈਠੇ ਸੀਗੇ 10-15 ਦਿਨ ਹੋ ਗਏ ਦੇ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਪ੍ਰੋਗਰਾਮ ਤੇ ਪ੍ਰੋਗਰਾਮ ਅੱਜ ਫ੍ਰੀ ਹੋਏ ਤੀ ਬਸ ਜਮਾਲੀ ਮਹਿਫਲ ਹਾਂ ਤੂੰ ਦੱਸ ਕਿਵੇਂ ਆਇਆ ਖਾੜਾ ਬੁੱਕ ਕਰਾਉਣਾ ਹੈ ਕੋਈ ਓਹੋ ਕਾਹਨੂੰ ਭੋਲਿਆ ਆਹ 500 ਦਾ ਨੋਟ ਖੁੱਲ੍ਹਾ ਦੇਖ ਜੇ ਹੈਗਾ ਤਾਂ ਉਹ ਆਹ ਖੁੱਲ੍ਹੇ ਪੈਸੇ ਤਾਂ ਮੈਂ ਸਾਜੇ ਨੂੰ ਵੰਡ ਦੇਣਾ ਬਾਈ ਆਹ 2000 ਤੋਂ ਘੱਟ ਤਾਂ ਮੈਂ ਨੋਟ ਨਹੀਂ ਰੱਖਦਾ ਜੇਬ 'ਚ ਆਹ ਕਿਤੋਂ ਹੋਰ ਤਾਂ ਡਾਲਾ ਤੂੰ ਬਾਈ ਤੇਰਾ ਪ੍ਰੋਗਰਾਮ ਬਹੁਤ ਵਧੀਆ ਸੀ ਲੰਬੜਾਂ ਦੇ ਵਿਆਹ 'ਚ ਵੇਖਿਆ ਸੀ ਮੈਂ ਵੀ ਉੱਥੇ ਸੀ ਹਾਂ ਹੈਂ ਨਾ ਤੂੰ ਮੇਰੇ ਤੋਂ ਬਿਨਾਂ ਹੀ ਖਾੜਾ ਲਾ ਲਿਆ ਮੈਂ ਨਹੀਂ ਗਾਉਣਾ ਗੁਣਾ ਤੇਰੇ ਨਾਲ ਜੇ ਮੇਰੇ ਤੋਂ ਆਈ ਓਹਲਾ ਰੱਖਣਾ ਤਾਂ ਉਹ ਕੁੱਦਾ ਕੇਲਿਆਂ ਵਾਲਾ 5000 ਰੁਪਇਆ ਦਿੰਦਾ ਇੱਕ ਪ੍ਰੋਗਰਾਮ ਦਾ ਮੈਂ ਤਾਂ ਉਹਦੇ ਨਾਲ ਹੀ ਹੁਣ ਪੱਕੀ ਜੋੜੀ ਬਣਾਉਂਗੀ ਉਹਦੇ ਨਾਲ ਹੀ ਗਾਉਂਗੀ ਮੇਰੇ ਕੰਨੀ ਉਹ ਜਵਾਬ ਹੈ ਚੰਗਾ ਸਤਿ ਸ਼੍ਰੀ ਅਕਾਲ ਮੈਂ ਚੰਗੀ ਗੱਲ ਤਾਂ ਸੁਣੋ ਆਇਆ ਵੱਡਾ ਸਿੰਗਰ ਉਹ ਯਾਰ ਲੰਬੜਾਂ ਦੇ ਵਿਆਹ 'ਚ ਆਪਾਂ ਕਦ ਖੜਾ ਲਾਇਆ ਏ ਉਹ ਉਸਤਾਦ ਇਹ ਤਾਂ ਆਇਆ ਹੀ ਕੰਮ ਖਰਾਬ ਕਰਨ ਸੀ ਗੱਲ ਪੱਕੀ ਹੈ ਤੇਰੀ ਉਸਤਾਦ ਜੀ ਸਾਡਾ ਵੀ ਉਸਤਾਦ ਨਹੀਂ ਕਰਕੇ ਜੀ ਲੱਗਿਆ ਰਹਿੰਦਾ ਤੀ ਉਹੀ ਭੱਜ ਗਈ ਐਂ ਤਾਂ ਆਪਣਾ ਗਰੁੱਪ ਖਰਾਬ ਹੋਜੂ ਜਾ ਮਨਾ ਕੇ ਲਿਆ ਉਹਨੂੰ ਜਾਓ ਉਸਤਾਦ ਜੀ ਜਾਓ ਚੱਲ ਠੀਕ ਆ ਮੈਂ ਮਨਾ ਕੇ ਲਿਆਉਣਾ ਜੇ ਉਹ ਨਾ ਮੰਨੀ ਤਾਂ ਨਵੀਂ ਲੱਭ ਕੇ ਲਿਆਉਂ ਠੀਕ ਆ ਤੁਸੀਂ ਦਫ਼ਤਰ ਸੰਭਾਲੋ
ਨਾਲੇ ਰਿਆਜ਼ ਕਰੋ ਬੈਠ ਕੇ, ਮੈਂ ਆਇਆ ਹੁਣੇ। ਪ੍ਰਸਿੰਨੋ, ਕੀ ਸਲਾਹ ਬਣਾਈ ਫਿਰ? ਕਾਦੀ ਛਿੱਤਰਾਂ ਦੀ? ਨਾ ਨਾ, ਸ਼ਿਮਲੇ ਜਾਣ ਦੀ। ਭੀਰਾ ਤਾਂ ਤੈਨੂੰ ਕਦੇ ਸਮਾਣੇ ਤੱਕ ਨਹੀਂ ਲੈ ਕੇ ਗਿਆ ਹੋਣਾ, ਜੱਟ ਸਿੱਧਾ ਸ਼ਿਮਲੇ ਲੈ ਕੇ ਜਾਊ ਤੈਨੂੰ। ਲੱਗਦਾ ਉਹਦੇ ਵਾਲਾ ਚਾਂਟਾ ਭੁੱਲ ਗਿਆ ਤੈਨੂੰ, ਜਿਹੜਾ ਫੇਰਾ ਖੜਿਆ। ਲੱਗਦਾ ਪੰਚਾਇਤ ਕਰਾਉਣੀ ਪੈਣੀ ਆ ਤੇਰੇ ਤੇ। ਸਾਲੀ ਆਹ ਹੋ ਰਹੀ ਆ ਜਾਰ ਮਾਰ, ਦੱਸਦਾ ਮੈਂ ਭੋਲੇ ਨੂੰ ਜਾ ਕੇ। ਕਾਹਦੀ ਪੰਚਾਇਤ? ਪੰਚਾਇਤ ਕਿਹੜਾ ਪਹਿਲੀ ਵਾਰੀ ਹੋਣੀ ਆ, ਤੂੰ ਇੱਕ ਵਾਰੀ ਹਾਮੀ ਭਰ, ਜੱਟ ਤੈਨੂੰ ਅਗਲੇ ਸਾਲ ਘੋੜੀ ਦੇ ਸ਼ਿਮਲੇ ਲੈ ਕੇ ਜਾਊਗਾ। ਪਰ ਇੱਕ ਸ਼ਰਤ ਹੈ, ਤੈਨੂੰ ਮੂਹਰੇ ਬੈਠਣਾ ਪੈਣਾ। ਵੇਖੀ ਜਾ ਸੁਪਨੇ, ਮੇਰਾ ਕੀ ਜਾਂਦਾ। ਉਹ ਜੱਟ ਦੀ ਜ਼ਬਾਨ ਹੈ, ਛੋਲਿਆਂ ਦਾ ਵੱਢ ਨਹੀਂ। ਚੱਲੇਗੀ ਨਾ ਫਿਰ ਸ਼ਿਮਲੇ? ਓਏ ਰੱਬਾ, ਜੇ ਚਲਾ ਦੇ ਕਲਾਕਾਰੀ, ਆ ਕਾਹਨੂੰ ਵੇਚਣੀ ਪਵਿੱਤਰਕਾਰੀ। ਬਾਈ ਭੋਲਿਆ, ਹਾਂ ਕਰੀ ਆ, ਆ ਜਾ ਵੀ ਆ ਜਾ, ਅੱਬਾ ਚੱਲਿਆ ਦੀ ਸਬਜ਼ੀ ਵੇਚਣ। ਭੋਲਿਆ, ਪ੍ਰਸਿੰਨੀ ਨੂੰ ਮੈਂ ਇਹਨਾਂ ਅੱਖਾਂ ਨਾਲ ਵੇਖਿਆ, ਮੱਦੀ ਨੂੰ ਜੱਫੀਆਂ ਪਾਉਂਦੀ ਨੂੰ। ਬਹੁਤ ਘਟੀਆ ਇਨਸਾਨ ਆ ਮੱਦੀ, ਉਹ ਹੈ ਤਾਂ ਗਿਰਿਆ ਹੋਇਆ। ਉਹਨੂੰ ਚੰਗਾ ਭਲਾ ਪਤਾ ਵੀ ਮੇਰੀ ਪ੍ਰਸਿੰਨੋ ਨਾਲ ਆੜੀ ਆ, ਫਿਰ ਵੀ ਟਲਿਆ ਨਹੀਂ ਸਾਲਾ। ਆਹ ਮਾੜੀ ਨਿਗਾਹ ਰੱਖੀ ਬੈਠਾ ਮੇਰੀ ਪ੍ਰਸਿੰਨੋ 'ਤੇ। ਬਾਈ ਉਹ ਕਿਹੜਾ ਘੱਟ ਆ, ਉਹ ਵੀ ਹੱਸ ਹੱਸ ਗੱਲਾਂ ਕਰਦੀ ਆ। ਬਾਈ ਮੈਨੂੰ ਤਾਂ ਲੱਗਦਾ ਤੁਹਾਡੇ ਦੋਨਾਂ ਦਾ ਉੱਲੂ ਬਣਾਈ ਜਾਂਦੀ ਆ ਉਹ। ਨਾ, ਇਹ ਗੱਲ ਝੂਠੀ ਆ, ਪ੍ਰਸਿੰਨੋ 'ਤੇ ਤਮਤ ਨਾ ਲਾ। ਆਹ ਮੱਦੀ ਉਹ ਹਰਾਮੀ ਆ ਸਾਲਾ, ਜਿਹੜਾ ਉਹਨੂੰ ਝੂਠੇ ਸਬਜ਼ ਬਾਗ ਦਿਖਾ ਕੇ ਉਂਗਲ 'ਤੇ ਚਾੜੀ ਫਿਰਦਾ। ਮੈਂ ਤਾਂ ਕਿਸੇ ਦਿਨ ਵੱਢੇ ਦੂੰ ਸਾਲੇ ਨੂੰ। ਓਏ ਗੁੱਸੇ ਕਾ ਤਾਂ ਹੁੰਦਾ, ਫਿਰ ਵੀ ਤੇਰਾ ਲਗੋਟੀਆ ਯਾਰ ਆ ਮੱਦੀ। ਯਾਰੀ ਪਏ ਖੂਹ 'ਚ, ਤੀਵੀਂ ਪਿੱਛੇ ਕੋਈ ਸਮਝੌਤਾ ਨਹੀਂ ਬਾਈ। ਹਾਂ ਓ ਭੋਲਿਆ, ਧਰਮ ਨਾਲ ਜੇ ਤੇਰੀ ਥਾਂ 'ਤੇ ਮੈਂ ਹੁੰਦਾ ਨਾ ਆਹੀ ਕਰਦਾ। ਮੈਂ ਤਾਂ ਕਹਿੰਦਾ ਗੋਲੀ ਮਾਰ ਦੇਣੀ ਚਾਹੀਦੀ ਆ ਇਹੋ ਜਿਹਾ ਬਨਾਉਟੀ ਯਾਰ ਨੂੰ। ਨਾਜਰਾ, ਮੱਦੀ ਨੇ ਜੱਟ ਦੀ ਸੁੱਤੀ ਅਣਖ ਨੂੰ ਵਿਗਾੜਿਆ। ਕਹਿੰਦੀ ਉਹਨੂੰ, ਇੱਕੀਆਂ ਦੇ ਇਕੱਤੀ ਮੁੜੂ ਭੋਲਾ ਜੇ ਸਬਜ਼ੀ ਵਿਕ ਗਈ। ਹਾਂ ਬਾਈ, ਉਹਦੀ ਅਕਲ ਵੀ ਤਾਂ ਹੀ ਟਿਕਾਣੇ ਆਉਣੀ ਆ, ਸਾਲਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਚੰਗਾ ਮੈਂ ਚੱਲਦਾ, ਫਿਕਰ ਨਾ ਕਰੀ, ਮੈਂ ਵੀ ਤੇਰੇ ਨਾਲ ਹੀ ਹਾਂ। ਚੱਲ ਆ ਵੇਚਿਆ ਮੈਂ ਕਿਰਾਂ, ਦੇਖਦਾ ਉਹਨੂੰ। ਚੱਲ ਨਿਕਲ। ਆਲੂ ਲੈ ਲੋ, ਗੋਭੀ, ਗੋਭੀ ਤਾਂ ਅੱਜ ਹੈ ਨਹੀਂ, ਬੈਂਗਣ ਲੈ ਲੋ, ਆਲੂ ਲੈ ਲੋ, ਆ ਕੀ ਆ, ਤੋਰੀ ਲੈ ਲੋ, ਬੈਂਗਣ ਲੈ ਲੋ, ਆਲੂ ਲੈ ਲੋ। ਲੈ ਵੀ ਵੀਰਿਆ, ਮੈਥੋਂ ਚਾਹੇ ਕਿਸੇ ਦਾ ਨੇਮ ਕਰਾ ਲਾ, ਮੇਰੇ 'ਤੇ ਤਾਂ ਤੂੰ ਨਜਾਇਜ਼ ਸ਼ੱਕ ਕਰਦਾ। ਅਸਲੀ ਖਿਚੜੀ ਤਾਂ ਨਾਜਰ ਪਕਾਈ ਫਿਰਦਾ ਪ੍ਰਸਿੰਨੀ ਨਾਲ, ਤਾਂ ਹੀ ਤੇਰੇ ਨਾਲ ਯਾਰੀ ਪਾਈ ਫਿਰਦਾ ਉਹ। ਪ੍ਰਸਿੰਨੀ ਤਾਂ ਵਿਚਾਰੀ ਡਰਦੀ ਗੱਲ ਨਹੀਂ ਕਰਦੀ ਕਿਸੇ ਕੋਲ। ਅੱਛਾ ਤਾਂ ਆਹ ਗੱਲ ਆ, ਮੈਂ ਵੀ ਕਹਾਂ ਇੰਨਾ ਦਿਆਲ ਕਾਹਤੋਂ ਆ ਮੇਰੇ 'ਤੇ। ਹੁਣ ਆਈ ਗੱਲ ਸਮਝ 'ਚ, ਕਿਉਂ ਪਿਓਦਾ ਰੋਜ਼ ਦੇਸੀ? ਆਉਣ ਦੇ ਸਾਲੇ ਨੂੰ, ਹੁਣ ਤਾਂ ਮੈਂ ਕਰਾਉਣਾ ਆਸ਼ਕੀਆਂ। ਵੀਰਿਆ, ਉਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦਾ। ਜਦੋਂ ਮੈਂ ਕਿਹਾ ਤੂੰ ਉਹਦੇ ਨਾਲ ਖਾਣਾ ਪੀਣਾ, ਤੇਰੇ ਵਾਸਤੇ ਇਹ ਕੰਮ ਚੰਗਾ ਨਹੀਂ, ਤਾਂ ਮੈਨੂੰ ਕਹਿੰਦਾ ਵੀਰਾ ਮੇਰਾ ਕੀ ਬਾਂਸ ਪੱਟ ਲੂ। ਤਾਂ ਐਵੇਂ ਨਹੀਂ ਤੈਨੂੰ ਦੇਸੀ ਪਿਉਂਦਾ ਰੋਜ਼।
ਹੁਣ ਤੂੰ ਤੇਲ ਦੇਖ, ਨਾਲੇ ਤੇਲ ਦੀ ਧਾਰ ਦੇਖ, ਮਾਰ ਮਾਰ ਖੁੰਡੇ ਮੋਰ ਬਣਾ ਦੂੰ ਸਾਲੇ ਨਗਾੜੇ ਦਾ। ਤੂੰ ਮੋਰ ਬਣਾ ਜਾ ਕਬੂਤਰ, ਜਿਹੜੀ ਸੱਚ ਗੱਲ ਸੀ ਆਪਾਂ ਕਹਿਤੀ, ਹੁਣ ਤੂੰ ਜਾਣੇ ਦੇ ਤੇਰਾ ਕੰਮ। ਚੱਲ ਮੇਰੇ ਨਾਲ, ਲੱਭੀਏ ਸਹੁਰੇ ਦੇ ਨੂੰ ਕਿੱਥੇ ਲੁਕਿਆ, ਹੁਣੇ ਕਰਦਾ ਥੌਲਾ ਸਾਲੇ ਦਾ। ਉਹ ਨਾ ਨਾ, ਮੈਂ ਕੀ ਕਰੂੰਗਾ ਤੇਰੇ ਨਾਲ ਜਾ ਕੇ, ਤੂੰ ਤਾਂ ਇਕੱਲਾ ਹੀ ਸੱਤਾ ਵਰਗਾ, ਬਾਕੀ ਤੁਹਾਡੇ ਘਰ ਦਾ ਮਸਲਾ। ਬਾਕੀ ਜਿੱਥੇ ਮਿਲ ਗਿਆ ਨਾ ਸਿੱਟ ਲਈ, ਗੱਲ ਨਾ ਸੁਣੀ ਕਿਸੇ ਦੀ, ਉਹ ਮੈਂ ਤੇਰੇ ਨਾਲ ਹਾਂ। ਚੰਗਾ, ਸਤਿ ਸ਼੍ਰੀ ਅਕਾਲ। ਸਾਲਾ ਨਾਲ ਵੀ ਹੈ, ਖੜਦਾ ਵੀ ਨਹੀਂ। ਕਿਉਂ ਐਂ ਲੱਗ ਰਿਹਾ ਤਿੰਨ ਤਿੰਨ ਮਿੰਟ ਦੀਆਂ ਹੈਕਾਂ, ਉਹ ਵੀ 15ਵੇਂ ਕਾਲੇ ਤੋਂ। ਓਏ ਬੱਬੂ ਮਾਨ ਆਪਣੀ ਕੀ ਰੀਸ ਕਰ ਲੂ, ਉਹ ਮੈਂ ਕੋਈ ਟੱਟ ਪੂੰਜਿਆ ਕਲਾਕਾਰ ਨਹੀਂ ਹੈਗਾ। ਹਾਂ ਉਹ ਤਾਂ ਦੇਸੀ ਰਿਹਾ ਹੈ ਭੋਲਾ ਭਾਜੀ। ਸੱਤਿਆ ਨਾਸ ਹੋ ਜਾਏ ਤੇਰਾ। ਕਿਉਂ ਭਾਜੀ ਕਾਹਦੋਂ ਕਹਿੰਦੀ ਆ? ਦੇਖ ਮੈਂ ਭੋਲਾ, ਤੂੰ ਭੋਲੀ, ਹੁਣ ਅਗਲੀ ਕਰ ਹੌਲੀ ਹੌਲੀ। ਦੇਖੋ ਭੋਲਾ ਜੀ, ਆਹ ਸੂਟ 'ਚ ਤਾਂ ਮੈਂ ਜਮੀ ਅਮਰਜੋਤ ਲੱਗਦੀ ਹਾਂ। ਕਿਉਂ ਕੀ ਕਹਿਣਾ? ਉਹ ਕੁਛ ਨਹੀਂ, ਮੈਂ ਕੀ ਕਹਿਣਾ? ਕਹਿਣਾ ਫਿਰ ਕਹਿੰਦਾ ਕਿਉਂ ਨਹੀਂ? ਜਾਂ ਮੈਂ ਨਹੀਂ ਤੇਰੇ ਨਾਲ ਗਾਉਂਦੀ ਗਾਉਂਦੀ, ਮੈਂ ਤਾਂ ਆਪਣੇ ਲੈਦਾ ਪ੍ਰੋਗਰਾਮ ਫੜਿਆ ਕਰੂੰ। ਉਹ ਕੜਾ ਖਾਣੇ ਦਾ ਧਰਮਾ ਨਾ ਪੂਰਾ 8000 ਦਿੰਦਾ ਮੈਨੂੰ ਇੱਕ ਪ੍ਰੋਗਰਾਮ ਦਾ। 8000? ਉਹਦੇ ਨਾਲ ਗਾਉਂਗੀ ਹੁਣ। ਉਹ ਮੈਂ ਜਾਣਦਾ ਕੜਾ ਖਾਣੇ ਦੇ ਧਰਮੇ ਨੂੰ, ਛੱਕੂ ਉਹਦੇ ਕੋਲੋਂ ਪ੍ਰੋਗਰਾਮ, ਆ ਵਿਹਲਾ ਬੈਠਾ ਦੋ ਸੀਜ਼ਨਾਂ ਤੋਂ। ਹਾਂ ਤੇਰੇ ਕੋਲ ਕਿਹੜਾ ਲੈਣ ਲੱਗੀ ਪਈ ਆ, ਤੂੰ ਵੀ ਤਾਂ ਵਿਹਲਾ ਹੀ ਬੈਠਾ। ਸਤਿ ਸ੍ਰੀ ਅਕਾਲ, ਮੈਂ ਚੱਲੀ। ਉਹ ਉਸਤਾਦ ਜਾ ਰੋਕ ਲੈ ਉਸਤਾਦਨੀ ਨੂੰ, ਇਹਦੀ ਕਰਕੇ ਤਾਂ ਅਸੀਂ ਅਟਕੇ ਹੋਏ ਸੀ, ਉਹ ਤਾਂ ਸਾਨੂੰ ਰੋਜ਼ ਬੁਲਾਉਂਦੇ ਨੇ ਪ੍ਰੋਗਰਾਮ ਵਾਲੇ। ਹਾਂ ਚੁੱਪ ਕਰੋ ਸਾਲਿਓ, ਜਾਂਦੇ ਜਾਣ ਦਿਓ। ਆਹ ਦੇਖਿਓ, ਮੈਂ ਤੁਹਾਡੇ ਵਾਸਤੇ ਨਵੀਂ ਉਸਤਾਦਨੀ ਲਿਆਊਂਗਾ, ਜਮੀ ਦੁੱਧ ਵਰਗੀ ਚਿੱਠੀ। ਨਾਂ ਪਤਾ ਕੀ ਉਹਦਾ? ਬੀਬੀ ਪ੍ਰਸੀਨੋ। ਤੁਸੀਂ ਐਂ ਕਰੋ, ਦਫ਼ਤਰ ਸਾਹਮੋ, ਮੈਂ ਨਵੀਂ ਉਸਤਾਦਨੀ ਲੈ ਕੇ ਆਇਆ, ਰਾਸਤੇ ਧਿਆਨ ਦਿਓ, ਠੀਕ ਆ? ਮੈਂ ਆਇਆ। ਛੇਤੀ ਜਾਓ ਉਸਤਾਦ ਜੀ, ਛੇਤੀ। ਸੁਰ ਚ ਉਸਤਾਦ ਜੀ, ਤੁਸੀਂ ਤਾਂ ਸੁਰ ਚ ਹੋ ਜਾਓ। ਚੁੱਪ ਕਰੋ ਓਏ, ਪਹਿਲਾਂ ਸੁਰ ਚ ਹੋ ਲੈਣ ਦੇ ਫਿਰ ਬੋਲੀ। ਚਲੋ ਓਏ, ਮੈਂ ਤੈਨੂੰ ਕਿਹਾ ਸਾਲਾ ਸੁਰ ਚ, ਕਿਉਂ ਪਹਿਲਾਂ ਖੁਸਰੇ ਨਾਲ ਢੋਲਕੀ ਵਜਾਉਂਦਾ ਰਿਹਾ? ਨਾ ਜੀ ਉਸਤਾਦ ਜੀ, ਪਹਿਲੀ ਸ਼ਰਨ ਤੁਹਾਡੀ ਆਇਆ ਮੈਂ। ਚਲ ਫਿਰ ਆਣਦੇ ਸੁਰ ਚ। ਕਿਆ ਬਾਤ ਹੈ, ਕਿਆ ਬਾਤ ਜੀ, ਬਸ ਕਿਰਪਾ ਮਾਲਕ ਦੀ। ਤਿੰਨ ਦਿਨਾਂ 'ਚ ਪੰਜਾਬ ਦੀ ਟੌਪ ਗਾਇਕਾ ਬਣਾ ਦੂੰ ਤੈਨੂੰ। ਆਹ ਵੱਡੀਆਂ ਵੱਡੀਆਂ ਗਾਇਕ ਕੁੜੀਆਂ ਮੇਰੇ ਤੋਂ ਤਾਂ ਸਿੱਖ ਕੇ ਗਈਆਂ ਨੇ, ਹੋਰ ਕੀ।
ਆਹ ਦੇਖ ਲਾ ਮੁੰਡਾ, ਕੱਲ੍ਹ ਆਇਆ ਹਲੇ, ਅਤੇ ਨਿਖਾੜੇ ਵੀ ਲਾਇਆ ਆ। ਹਾਂ ਉਸਤਾਦ ਨੇ ਤਾਂ ਇੱਕੋ ਦਿਨ 'ਚ ਸਾਰੀਆਂ ਸੁਰਾਂ ਸਿਖਾਤੀਆਂ, ਇਹਦੇ ਵਰਗਾ ਤਾਂ ਦਰਵੇਸ਼ ਬੰਦਾ ਹੈ ਨਹੀਂ। ਹੋਰ ਅੱਛਾ, ਪਰ ਕਰਮਜੀਤ ਵਿਚਾਰੀ ਤਾਂ ਰੋਂਦੀ ਫਿਰਦੀ ਸੀ, ਕਹਿੰਦੀ ਭੋਲੇ ਨੂੰ ਗਾਉਣਾ ਹੀ ਨਹੀਂ ਆਉਂਦਾ। ਓਏ ਉਹ ਕਿੱਥੋਂ ਬਣ ਜੂਗਾ ਇੱਕ, ਜਿਹੜੀ ਕੁੜੀ ਉਸਤਾਦ 'ਚੋਂ ਨੁਕਸ ਕੱਢੀ ਜਾਵੇ, ਹੈਂ ਉਹ ਕਿੱਥੋਂ ਸਿੱਖ ਸਕਦੀ ਆ। ਓਏ ਆਪਣੇ ਆਪ ਨੂੰ ਉਸਤਾਦ ਅੱਗੇ ਸਮਰਪਿਤ ਕਰਨਾ ਪੈਂਦਾ, ਤਾਂ ਗਾਇਕ ਬਣਦਾ ਬੰਦਾ। ਉਹ ਆ ਗਾਇਕੀ ਤਾਂ ਸਾਨੂੰ ਵਿਰਾਸਤ 'ਚੋਂ ਮਿਲੀ ਆ, ਕਿਉਂ ਬਈ? ਹਾਂ ਅੱਛਾ, ਪਰ ਮੈਂ ਤਾਂ ਸੁਣਿਆ ਤੁਸੀਂ ਪਹਿਲਾਂ ਸਬਜ਼ੀਆਂ ਦੀ ਰੇਹੜੀਆਂ ਲਾਉਂਦੇ ਸੀ। ਉਹ ਪ੍ਰਸਿੰਨੀ ਜੀ, ਸਬਜ਼ੀ ਵੇਚਣ ਵਾਲਾ ਅੱਧਾ ਗਾਇਕ ਤਾਂ ਉਂਝੋਂ ਬਣ ਜਾਂਦਾ, ਜਦ ਹੇਕਾਂ ਲਾ ਲਾ ਕੇ ਸਬਜ਼ੀ ਵੇਚਣੀ ਪੈਂਦੀ ਆ। ਆਹ ਦੇਖੋ ਗੇਰਾ, ਚੱਕੋਏ ਐਦਾਂ, ਸ਼ਾਬਾਸ਼। ਅੱਛਾ ਉਸਤਾਦ ਜੀ, ਘਰਵਾਲੇ ਨੂੰ ਪੁੱਛ ਕੇ ਦੱਸਦੀ ਆ, ਜੇ ਉਹਨਾਂ ਨੇ ਹਾਂ ਕਰਤੀ ਤਾਂ ਪੱਕੀ ਚੇਲੀ ਹੋਈ ਬਣ ਜਾਣਾ ਤੁਹਾਡੀ। ਕਿਆ ਬਾਤ ਹੈ, ਕਿਆ ਬਾਤ। ਸਤਿ ਸ਼੍ਰੀ ਅਕਾਲ ਉਸਤਾਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਲੱਗਦਾ ਗੱਲ ਬਣ ਜੂ। ਉਸਤਾਦ ਜੀ, ਮੈਂ ਕਿਹੜੇ ਖਾੜੇ ਲਾਏ ਤਿੰਨ, ਅਸੀਂ ਕੁੜੀ ਮੂਹਰੇ ਫੁਕਰੀ ਮਾਰੀ ਜਾਂਦੇ ਹਾਂ। ਚੁੱਪ ਕਰੋ ਓਏ, ਸਾਲਿਓ ਤਿੰਨ ਖਾੜੇ ਤਾਂ ਅੱਜ ਤੱਕ ਮੈਂ ਨਹੀਂ ਲਾ ਸਕਿਆ। ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ, ਵਿੱਚ ਨਹੀਂ ਬੋਲੀ ਦਾ, ਸਮਝੇ? ਚੇਲੇ ਹੋ, ਚੇਲੇ ਬਣ ਕੇ ਰਹੋ, ਭੋਲਾ ਗੋਭੀ ਵਾਲਾ ਬਣਨ ਦੀ ਕੋਸ਼ਿਸ਼ ਨਾ ਕਰੋ, ਸਮਝੇ? ਚੱਕੋ ਓਏ। ਭੋਲਾ ਗੋਭੀ ਵਾਲਾ ਨਾ ਕਹਿ ਉਹਨੂੰ, ਉਹਨੂੰ ਭੋਲਾ ਚਵਲ ਕਹਿ। ਉਤਰਾ ਠਰਕੀ, ਉਹ ਸੌ ਠੱਗਾਂ ਦਾ ਠੱਗ, ਆਪ ਤਾਂ ਉਹਨੂੰ ਇਲੋ ਤੋਂ ਕੁੱਕੜ ਨਹੀਂ ਆਉਂਦਾ, ਤੈਨੂੰ ਕਿੱਥੋਂ ਸਿਖਾ ਦੂਗਾ ਉਹ ਗਾਇਕੀ। ਫੇਰ ਭੈਣੇ, ਮੈਂ ਕਿੱਥੋਂ ਸਿੱਖਾਂ ਗਾਇਕੀ? ਨਹੀਂ ਉਹ ਹੈ ਤਾਂ ਹੈ ਤੇਰਾ ਮੱਦੀ, ਉਹੀ ਸਿਖਾਊ ਤੈਨੂੰ ਸਾਰਾ ਕੁਛ। ਉਹ ਫੁਕਰਾ, ਮੇਰੀ ਜਾਂਦੀ ਹੈ ਜੁੱਤੀ। ਨੀ ਭੋਲਾ ਤਾਂ ਉਹ ਤੋਂ ਵੀ ਜ਼ਿਆਦਾ ਫੁਕਰਾ ਹੈ। ਐਦਾ ਮਤਲਬ ਇਹ ਸਾਰੇ ਫੁਕਰੇ ਨੇ? ਹੋਰ ਕੀ। ਨੀ ਇੱਕ ਫੁਕਰਾ ਹੋਰ ਵੀ ਹੈ, ਨਾਜਰ, ਉਹ ਵੀ ਤਾਂ ਤੈਨੂੰ ਚਾਹੁੰਦਾ ਹੈ। ਚੰਦਰਾ ਨਾ ਸਲਜਾ, ਕਿਉਂ ਨਾ ਆਪਾਂ ਇਹਨਾਂ ਸਾਰੇ ਫੁਕਰਿਆਂ ਦਾ ਉੱਲੂ ਬਣਾਈਏ, ਸੱਚੀ ਬੜਾ ਮਜ਼ਾ ਆਊਗਾ। ਸੱਚੀ ਤਾਂ ਕਿਹਾ ਕਿਸੇ ਨੇ, 365 ਚ ਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰ ਦੇ। ਜੀਜਾ ਸ਼ਰਮ ਕਰ, ਕੁਛ ਸ਼ਰਮ, ਐਵੇਂ ਵਿੱਚ ਵੱਜਦਾ ਫਿਰਦਾ। ਉਹ ਕਿੱਥੋਂ ਟੱਕਰ ਗਿਆ ਕਲੇਸ਼, ਲੰਘ ਜਾ ਲੰਘ ਜਾ, ਮੈਂ ਤਾਂ ਅੱਗੇ ਗੁੱਸੇ ਜਾ। ਅੱਜ ਨਹੀਂ ਛੱਡਦਾ, ਭੈਣ ਦੇ ਮਾਮੇ ਨੂੰ ਟੱਕਰ ਦੇ ਕੇ ਆਉਂਦਾ। ਉਹ ਸਾਲਿਆ ਕੀ ਕਹਿੰਦਾ ਤੇ ਪਸੀਨੇ ਨੂੰ? ਕੀ ਕਿਹਾ ਬਾਈ, ਤੇਰੇ ਸਿਰ ਦੀ ਸਹੁੰ, ਕੋਰਾ ਝੂਠਾ, ਪਰਸੀਨੀ ਤਾਂ ਮੇਰੀਆਂ ਭੈਣਾਂ ਵਰਗੀਆਂ ਬਾਈ। ਸੌਰੀ ਦੇ ਬਾਂਦਰਾ ਜਿਹਾ, ਕੀ ਕਹਿੰਦਾ ਤੀ? ਜਿਹੜੀ ਥਾਲੀ 'ਚ ਖਾਂਦਾ ਉਸੇ ਛੇਕ ਕਰਦਾ। ਬਾਈ ਇਹ ਗੱਲ ਨਹੀਂ, ਤੈਨੂੰ ਵੀ ਕਹਿਤਾ, ਮੇਰੇ ਖਿਲਾਫ ਉਂਗਲ ਲਾਈ ਹੈ ਤੈਨੂੰ ਕਿਸੇ ਨੇ? ਕੀ ਕਹਿੰਦਾ ਤੀ ਹੈ ਵੀਰਾ, ਕੀ ਮੇਰਾ ਬਾਂਸ ਪਟ ਲੂ, ਮਾਰਾ ਸਾਲੇ ਦੇ। ਨਹੀਂ ਬਾਈ,
ਨਹੀਂ ਬਾਈ, ਤੈਨੂੰ ਕਿਸੇ ਨੇ ਉਂਗਲ ਲਾਈ ਆ ਮੇਰੇ ਖਿਲਾਫ? ਮੈਨੂੰ ਚਾਹੇ ਕਿਸੇ ਨੇ ਉਂਗਲ ਲਾਈ ਆ ਚਾਹੇ ਲਾਈ ਆ, ਨਹੀਂ ਬਾਈ ਪਰ ਤੇਰੀ ਉਂਗਲ ਮਾਰੀ ਨਾ ਬਾਈ। ਹੈ ਹਾਏ, ਜਿਹੜਾ ਅੱਕੇ ਪਾਤੇ ਮੇਰੇ ਤਾਂ ਇੰਨਾ ਕੁੱਟਿਆ ਬਾਈ, ਇੰਨਾ ਕੁੱਟਿਆ ਮੈਨੂੰ, ਹੱਡ ਤੋੜਤੇ ਮੇਰੇ ਤਾਂ। ਹਾਏ ਰੱਬਾ, ਹਾਏ ਤੇਰਾ ਕੱਖ ਨਾ ਰਹੇ ਵੀਰਿਆ, ਮਾਰਤਾ ਗਰੀਬ ਨੂੰ। ਹਾਏ ਓਏ, ਹਾਏ ਹਾਏ ਹਾਏ, ਹੋਏ ਹੋਏ, ਬਚਾਲਾ ਰੱਬਾ ਵੀਰਿਆ, ਕੱਖ ਨਾ ਰਹੇ ਤੇਰਾ। ਓਏ ਮੈਂ ਤੈਨੂੰ ਕੀ ਕਹਿਤਾ, ਕਿੱਥੋਂ ਆ ਗਈਆਂ ਕਲੇਸ਼ ਦੀਆਂ ਜੜਾਂ? ਬੇਨਾਜ਼ਰਾ, ਇਹ ਮੂੰਹ ਕਿਉਂ ਲੁਕੋਈ ਜਾਨਾ? ਹੈਂ, ਕੁੱਟਿਆ ਕਿਸੇ ਨੇ? ਇਹ ਮੂੰਹ ਕਦੋਂ ਲੁਕਾਉਂਦਾ ਹੈ, ਵਿਚਾਰਾ ਸੰਗਦਾ ਆਪਣੇ ਤੋਂ। ਬੇਨਾਜ਼ਰਾ, ਆਥਣੇ ਮੇਲੇ ਚ ਆ ਜੀ, ਆਪਾਂ ਇਕੱਠੇ ਪਤੌੜ ਗਾਵਾਂਗੇ। ਮੈਨੂੰ ਲੱਗਦਾ ਕੋਈ ਕਾਰਾ ਕਰਨਗੀਆਂ, ਬਾਤਲਾ ਨਾਜ਼ਰਾ ਜੇ ਬਚ ਹੁੰਦਾ ਇਹਨਾਂ ਤੋਂ। ਨਾ ਭਾਈ, ਮੈਨੂੰ ਤਾਂ ਲੂਜ ਮੋਸ਼ਨ ਲੱਗਿਆ, ਡਾਕਟਰ ਨੇ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਡੱਕਿਆ ਹੋਇਆ। ਭੈਣੇ, ਮੈਨੂੰ ਲੱਗਦਾ ਇਹਦਾ ਕਰਤਾ ਹਤਾਲਾ ਕਿਸੇ ਨੇ। ਟੱਪਦਾ ਹੋਊ ਕਿਸੇ ਦੇ ਕੰਧਾਂ ਕੋਲੇ, ਥਾਪੜਤਾ ਅਗਲੇ ਨੇ। ਲੰਘ ਜਾਓ ਭਾਈ, ਉਹ ਲੰਘ ਜਾਓ ਭਾਈ ਜੇ ਲੰਘਿਆ ਜਾਂਦਾ। ਓਏ ਹੋਰ ਨਾ ਕਲੇਸ਼ ਛੇੜ ਦਿਓ ਮੇਰੀ ਜਾਨ ਨੂੰ, ਪਹਿਲਾਂ ਹੀ ਮੈਂ ਤਾਂ ਮਸਾਂ ਮਸਾਂ ਬਚਿਆ। ਚੱਲ ਭੈਣੇ, ਮੈਂ ਚੱਲਦੀ ਹਾਂ, ਉਹ ਆ ਗਿਆ ਤੇਰਾ ਜੀਜਾ। ਆ ਗਿਆ ਪੀਰਾ? ਵੇਖ ਪਰਸਿੰਨੀਏ, ਜਿਵੇਂ ਮੈਂ ਕਹਾਂ ਓਦਾਂ ਹੀ ਕਰਨਾ। ਜੇ ਮੈਂ ਨਾਲ ਗਈ ਉਹ ਫੇਰ ਭੜਕਜੂ, ਤੂੰ ਕੱਲੀਏ ਜਾ। ਤੂੰ ਦੇਖਦੀ ਜਾ ਭੈਣੇ, ਕਿੱਦਾਂ ਉੱਲੂ ਬਣਾਉਂਦੀ ਹਾਂ ਮੈਂ ਵੱਡੇ ਗਵੱਈਏ ਦਾ। ਤੈਥੋਂ ਗਾਣਾ ਸਿਖਾਉਣ ਦਾ ਪੂਰਾ 11,000 ਲਿਆ ਸੀ ਨਾ, ਦੁੱਗਣੇ ਪੈਸੇ ਦੇ ਕੇ ਖੇੜਾ ਛੜਾਊ। ਉਹ ਲੋਟ ਵੀ ਤਾਂ ਹੀ ਆਊਗਾ, ਹਰਾਮੀ। ਮੇਰੇ ਕੋਲ ਇੱਕ ਹੋਰ ਹੈਗਾ ਗਾਉਣ ਵਾਲਾ, ਨੀ ਉਹ ਪ੍ਰੀਤ ਮਾਧੀਪੁਰੀ ਆ, ਉਹ ਲਾਉਂਦਾ ਸਟੇਜਾਂ, ਫੁੱਲ ਪ੍ਰੋਗਰਾਮ ਪੈਂਦੇ ਨੇ ਉਹਨੂੰ। ਦੇਖੀ ਭੈਣੇ, ਮੈਨੂੰ ਨਾ ਛੱਡਦੀ, ਦੋਨੋਂ ਚੱਲਾਂਗੀ ਆ ਉਹਦੇ ਕੋਲ। ਉਹ ਪਹਿਲਾਂ ਭੁੱਲ ਗੋਭੀ ਵਾਲੇ ਤੋਂ ਪੈਸੇ ਤਾਂ ਕਢਾ। ਇਹ ਤਾਂ ਮੇਰੇ ਬਾਏ ਹੱਥ ਦਾ ਕੰਮ ਹੈ, ਭੋਲਾ ਗੋਭੀ ਵਾਲਾ। ਚੜਾਈ ਆ ਤੇਰੀ ਤਾਂ, ਕਿੰਨੇ ਪੱਕੇ ਸੁਰ ਲਾਨਾ ਪਤੰਦਰਾ, ਹੈਂ ਤੈਦਾਂ ਕਮਾਲ ਕਰਤੀ। ਸ਼ਾਬਾਸ਼। ਕਿਆ ਬਾਤ ਆ, ਸੁਰ ਤਾਂ ਬਹੁਤ ਘੈਂਟ ਲੱਗਿਆ।
ਸਤਿ ਸ਼੍ਰੀ ਅਕਾਲ ਉਸਤਾਦ ਜੀ। ਬਹਿ ਜਾਓ, ਲੱਗਦਾ ਕੰਮ ਚੱਲ ਪੈਣਾ। ਹੋਰ ਠੀਕ ਹੈ ਜੀ? ਉਸਤਾਦ ਜੀ, ਪ੍ਰੋਗਰਾਮ ਫਸਿਆ, ਇੱਕ ਮੋਟੀ ਪਾਰਟੀ ਆ ਪੂਰੇ 10 ਲੱਖ ਦੀ। 10 ਲੱਖ? 10 ਲੱਖ? ਮੈਂ ਤਾਂ ਉਹਨਾਂ ਨੂੰ ਕਿਹਾ ਉਹ ਤਾਂ ਪੰਜਾਬ 'ਚ ਪ੍ਰੋਗਰਾਮ ਲਾਉਂਦੇ ਹੀ ਨਹੀਂ। ਸ਼੍ਰੀਲੰਕਾ, ਜਪਾਨ, ਅਫਗਾਨਿਸਤਾਨ, ਉੱਥੋਂ ਹੀ ਨਹੀਂ ਬੇਲ ਮਿਲਦੀ ਉਹਨਾਂ ਨੂੰ। ਚੜ੍ਹਾਈ ਤਾਂ ਬਹੁਤ ਆ ਭੋਲੇ ਗੋਭੀ ਵਾਲੇ ਦੀ, ਬਸ ਮਾਨ ਨਹੀਂ ਕਰਿਆ ਕਦੇ। ਫਿਰ ਕਰੋ ਬੁੱਕ, ਅੜਚਣ ਕੀ ਆ? ਅੜਚਣ ਹੈ ਉਹਨਾਂ ਦਾ ਜਵਾਈ, ਉਹਨਾਂ ਦਾ ਪ੍ਰਾਹੁਣਾ। ਉਹ ਕਹਿੰਦਾ ਭੋਲਾ ਵੀ ਕੋਈ ਕਲਾਕਾਰ ਹੈ, ਇਸ ਤੋਂ ਵਧੀਆ ਤਾਂ ਤੁਸੀਂ ਕਿਸੇ ਮੰਗਤੇ ਤੋਂ ਗਾਣਾ ਗਵਾ ਲਓ, ਭੋਲੇ ਨੂੰ ਨਹੀਂ ਬੁਲਾਉਣਾ। ਫਿਰ ਕੀ? ਫਿਰ ਕੀ, ਮੂੰਹ ਬੰਦ ਕਰਨਾ ਪੈਣਾ ਉਹਦਾ, ਰੁਪਈਆ 20,000 ਉਹਦੇ ਮੂੰਹ 'ਚ ਦੇਣਾ ਪੈਣਾ। ਮੂੰਹ 'ਚ ਦੇ ਤਾਂ ਕੰਮ ਚੱਲ ਜੂ, ਮੇਰਾ ਮਤਲਬ 20,000? ਕੀ ਹੋਇਆ? ਨਹੀਂ ਨਹੀਂ ਕੁਝ ਨਹੀਂ, ਮੈਂ ਕਰਦਾ ਹਿੱਲਾ, ਕੱਲ੍ਹ ਇੰਤਜ਼ਾਮ ਕਰਦਾ। ਪੈਸੇ ਤਾਂ ਅੱਜ ਹੀ ਚਾਹੀਦੇ ਆ, ਨਹੀਂ ਤਾਂ ਕਿਸੇ ਹੋਰ ਨੂੰ ਪ੍ਰੋਗਰਾਮ ਬੁੱਕ ਕਰਾ ਲੈਣਾ ਉਹਨਾਂ ਨੇ। ਇਹ ਚੈਨਾ, ਇਹ ਮੁੰਦਰੀਆਂ ਕਦੋਂ ਕੰਮ ਆਣਗੀਆਂ? ਜਦ ਤੁਹਾਡੇ ਕੋਲ 10 ਲੱਖ ਆ ਜਾਣਗੇ ਫਿਰ ਜਿੰਨਾ ਮਰਜ਼ੀ ਸੋਨਾ ਖਰੀਦ ਲੈਣਾ। ਸ਼ਾਂਪਾ, ਚੈਨਾ, ਚਲੋ ਤੁਹਾਡੀ ਮਰਜ਼ੀ, ਸੋਚ ਲਓ ਪੂਰੇ 10 ਲੱਖ ਹੈ। 10 ਲੱਖ ਗਿਣਨ 'ਚ ਤੁਹਾਨੂੰ 10 ਦਿਨ ਲੱਗਣਗੇ। ਚੰਗਾ, ਸਤਿ ਸ਼੍ਰੀ ਅਕਾਲ। ਉਹ ਰੁਕੋ ਰੁਕੋ ਰੁਕੋ, ਉਹ ਬੈਠੋ ਬੈਠੋ, ਮੈਂ ਕਰਦਾ ਹਿੱਲਾ, ਮੈਂ ਹੁਣੇ ਕਰਦਾ ਹਿੱਲਾ। ਤੁਸੀਂ ਐਂ ਕਰੋ, ਤੁਸੀਂ ਘਰ ਚਲੋ, ਮੈਂ ਆਇਆ ਪੈਸੇ ਲੈ ਕੇ। ਚੰਗਾ ਚੰਗਾ। ਉਹ ਰਾਗ ਤਾਂ ਫਿਰ ਵੀ ਲੱਗ ਜਾਣਗੇ, ਪਹਿਲਾਂ ਇਹ ਸੋਚ 20,000 ਆਊ ਕਿੱਥੋਂ, ਪ੍ਰੋਗਰਾਮ ਵੀ 10 ਲੱਖ ਦਾ, 20,000 ਤਾਂ ਉਹਦੇ ਮੇਰੇ ਕੁਛ ਵੀ ਨਹੀਂ। ਹਾਂ, ਆ ਗਈ ਦਿਮਾਗ 'ਚ ਗੱਲ, ਮੱਦੀ ਨਾਲ ਗੱਲ ਕਰਦੇ ਹਾਂ, ਉਦੋਂ ਫੜ ਲੈਂਦੇ 20,000, ਕਿੱਡੀ ਗੱਲ ਆ। ਨਾਲੇ ਆਪਾਂ ਨੇ ਕਿਹੜਾ ਮੋੜਨੇ ਨੇ। ਤੇਥੋਂ ਕਦੇ ਨਹੀਂ ਕੁਛ ਮੰਗਿਆ। ਸਲਿਆ ਮੰਗਿਆ ਕਿਉਂ ਨਹੀਂ, ਅਜੇ ਪਰਸੋਂ ਤਾਂ 2,000 ਰੁਪਈਆ ਮੰਗਿਆ ਸੀ, ਨਾਲੇ ਖੰਡ ਪੱਤੀ ਲੈ ਕੇ ਗਿਆ, ਨਾਲੇ ਮੰਜਾ ਮੰਗਿਆ ਸੀ। ਉਹ ਮੰਗੇ ਹੀ ਤੀ, ਤੈਂ ਦਿੱਤਾ ਤਾਂ ਨਹੀਂ, ਬਸ ਹੁਣ ਐਂ ਸਮਝ ਲਾ ਐਮਰਜੈਂਸੀ ਹੋ, ਬਸ ਐਮਰਜੈਂਸੀ ਨੂੰ ਸਾਲਿਆ 84 ਲੱਗਿਆ ਹੋਇਆ, ਜਿੰਨਾ ਚਿਰ ਦੱਸਦਾ ਨਹੀਂ ਜਵਾਨੀ ਨਹੀਂ ਮਿਲਦੀ। ਠੀਕ ਹੈ, ਨਹੀਂ ਤਾਂ ਨਾ ਸੀ, ਪਰ ਇੱਕ ਗੱਲ ਆ, ਯਾਰੀ ਦੇ ਨਾਂ ਤੋਂ ਕਲੰਕਾਂ ਤੋਂ ਥੂ ਆ ਤੇਰੀ ਯਾਰੀ 'ਤੇ, ਆ ਥੂ ਜਿਹੜੀ ਔਖੇ ਟਾਈਮ ਕੰਮ ਨਾ ਹੋਵੇ। ਬਸ ਹੁਣ ਆਪਣੇ ਰਸਤੇ ਅਲੱਗ ਅਲੱਗ ਨੇ, ਤੇਰਾ ਆਓ ਮੇਰਾ ਆਓ, ਆਹ ਖਿੱਚਦੇ ਲਕੀਰ, ਬਸ ਭੁੱਲਿਆ, ਹੋਰ ਜੋ ਮਰਜ਼ੀ ਕਹਿ ਲਾ, ਪਰ ਯਾਰੀ ਨੂੰ ਗਾਲ ਨਾ ਕੱਢੀ। ਸੱਚੇ ਯਾਰ ਕਦੇ ਕਦੇ ਮਿਲਦੇ ਆ, ਪੈਸਿਆਂ ਦੀ ਗੱਲ ਆ ਨਾ, 10 ਕਿੰਨੇ ਪੈਸੇ ਚਾਹੀਦੇ ਆ, ਢੇਰ ਲਾ ਦੂੰ ਨੋਟਾਂ ਦੇ, ਮੂੰਹੋਂ ਬੋਲ। ਬਸ 20,000। 20,000? ਦਿਮਾਗ ਤਾਂ ਸਹੀ ਹੈ ਤੇਰਾ, ਕੋਈ 20-50 ਰੁਪਈਆਂ ਦੀ ਗੱਲ ਕਰ, ਜੇ ਲੈਣੇ ਆ ਤਾਂ, ਉਹ ਵੀ ਤੂੰ ਯਾਰੀ ਦਾ ਵਾਸਤਾ ਪਾਇਆ ਤਾਂ ਕਰਕੇ। 20-50 ਰੁਪਈਏ? ਓਏ 20-50 ਰੁਪਈਏ ਦੀ ਬੱਤੀ ਬਣਾ ਕੇ ਆਪਣੀ ਜੇਬ 'ਚ ਪਾ ਲਾ,
ਆਪਣੀ ਯਾਰੀ ਖਤਮ, ਤੇਰਾ ਰਸਤਾ ਹੋ, ਮੇਰਾ ਰਸਤਾ ਹੋ। ਸਾਲਾ ਕੋਈ ਨਹੀਂ ਔਖੇ ਟਾਈਮ ਖੜਦਾ। 20-50 ਰੁਪਈਏ, 20-50 ਰੁਪਈਏ ਕੀ ਆਉਂਦਾ? ਲਾਲ ਟਮਾਟਰ ਨਹੀਂ ਆਉਂਦੇ। ਆ ਸਾਲਾ ਓਵਰ ਕੌਨਫੀਡੈਂਸ ਵੀ ਬੰਦੇ ਨੂੰ ਲੈ ਕੇ ਬਹਿ ਜਾਂਦਾ ਬਾਈ। ਆ ਜਿਹੜੀ ਮੈਨੂੰ ਕੁੱਟ ਪਈ ਆ, ਸਿਰਫ ਤੇ ਸਿਰਫ ਭੋਲੇ ਨੂੰ ਭੜਕਾਉਣ ਕਰਕੇ ਪਈ ਆ। ਮੈਂ ਤਾਂ ਆਪਣਾ ਕੀਤਾ ਭੁਗਤ ਲਿਆ, ਤੁਸੀਂ ਵੀ ਭੁਗਤੋਂਗੇ। ਚੁੱਪ ਚਾਪ ਆਪਣਾ ਕੰਮ ਕਰੀ ਜਾਓ, ਕਿਸੇ ਦੇ ਫੱਟੇ 'ਚ ਟੰਗ ਲਾਉਣ ਦੀ ਕੋਈ ਲੋੜ ਨਹੀਂ। ਮੇਰਾ ਤਾਂ ਆਹੀ ਕਹਿਣਾ ਭਰਾਵੋ। ਬਾਕੀ ਗਿੱਟੇ ਗੋਡੇ ਛਲਾਉਣ ਦਾ ਬਾਹਲਾ ਸ਼ੌਂਕ ਆ, ਤਾਂ ਆਪਣੀ ਮਰਜ਼ੀ ਕਰੋ, ਮੈਨੂੰ ਕੀ ਲੋੜ ਆ ਕਿਸੇ ਨੂੰ ਕੁਛ ਕਹਿਣ ਦੀ। ਹਾਏ ਉਹ ਬਾਈ, ਮੈਨੂੰ ਤੇਰੀ ਹੈਲਪ ਕਰਨੀ ਚਾਹੀਦੀ ਸੀ ਯਾਰ। ਕਾਹਦੇ ਨਾਲ? ਜੂਆ ਨਾਲ? ਉਹ ਜੇਬ 'ਚ ਤੇਰੇ 5 ਰੁਪਏ ਦਾ ਠੋਲੂ ਨਹੀਂ ਹੈਗਾ, ਆ 20 ਰੁਪਈਆ ਕਿੱਥੋਂ ਲਏਗਾ ਦੱਸ? ਬਾਈ ਸਮਝ ਹੀ ਨਹੀਂ ਆਉਂਦੀ ਯਾਰ, ਕੰਮ ਜੇ ਸਾਰੇ ਪਿਟੇ ਪਏ ਆ। ਇੰਨਾ ਦੇਸ਼ 'ਚ ਮੰਦਾ ਕਦੇ ਨਹੀਂ ਪਿਆ ਜਿੰਨਾ ਐਤਕੀ ਪਿਆ ਸਾਲਾ। ਸਮਝ ਨਹੀਂ ਆਉਂਦੀ ਬਾਈ ਕੀ ਬਣੂਗਾ ਦੁਨੀਆ ਦਾ। ਉਹ ਬੰਦਾ ਕਿੰਨਾ ਕੁ ਤੇਰੇ ਲੜੀ ਜਾਉ ਹਾਲਾਤਾਂ ਨਾਲ, ਇੱਕ ਦਿਨ ਦਾ ਡਿੱਗੇ ਪਊ ਥੱਕ ਹਾਰ ਕੇ। ਆਹ ਕਮਾਈ ਦਿਨ ਪਰ ਦਿਨ ਜ਼ੀਰੋ ਹੋਈ ਜਾਂਦੀ ਆ, ਖਰਚੇ ਦੁੱਗਣੇ ਵਧੀਆ ਨੇ। ਆ ਲਾਲ ਟਮਾਟਰ ਲਾ ਲਾ, 40 ਨੂੰ ਹੋ ਗਏ, ਕੀ ਕਰੂ ਬੰਦਾ ਦੱਸ? ਬਾਈ ਗਰੀਬੀ ਖਤਮ ਨਹੀਂ ਹੋਣੀ, ਲੱਗਦਾ ਗਰੀਬ ਖਤਮ ਹੋ ਜਾਊਗਾ। ਇਹ ਤਾਂ ਕੋਈ ਚਮਤਕਾਰ ਹੀ ਬਚਾ ਸਕਦਾ ਬਸ ਦੁਨੀਆ ਨੂੰ। ਸਹੀ ਕਹਿੰਦਾ ਮੱਦੀ ਤੂੰ, ਹੁਣ ਤਾਂ ਬਾਬੇ ਨਾਨਕ ਦੀ ਕਿਰਪਾ ਹੋ ਸਕਦੀ ਆ, ਬੰਦੇ ਦੇ ਵਾਸਤਾ ਨਹੀਂ। ਸਹੀ ਗੱਲ, ਚਲੋ ਠੀਕ ਆ, ਜੋ ਰੱਬ ਦੀ ਮਰਜ਼ੀ, ਚੱਲ ਆ ਜਾ, ਤੈਨੂੰ ਕੰਮ ਦੱਸ। ਚੱਲ ਯਾਰ, ਮੈਨੂੰ ਵੀ ਤੂੰ ਆ ਸਬਜ਼ੀ ਵਾਲਾ ਕੰਮ ਹੀ ਕਰਾ ਦੇ। ਉਹ ਬਾਈ ਤਾਰੀ, ਚੰਗੇ ਰਹਿ ਗਏ ਆਪਾਂ ਜਿਹੜਾ ਸੁਪਨੇ ਦੀ ਦੁਨੀਆ ਤੋਂ ਬਾਹਰ ਆ ਗਏ, ਨਹੀਂ ਤਾਂ ਭੁੱਖੇ ਮਰਦੇ ਜਿਵੇਂ ਉਸਤਾਦ ਮਰਦਾ। ਹੈਂ ਹੋਰ ਕੀ, ਇੱਥੇ ਚੰਗਾ ਖਾਂਦੇ ਹਾਂ, ਨੰਗਾ ਨਹਾਉਂਦੇ ਹਾਂ, ਨਾਲੇ ਟਾਈਮ ਤੋਂ ਪਹਿਲਾਂ ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ, ਬੰਦਾ ਚਾਹੇ ਆਪਣੇ ਟੰਗਾਂ ਖੜੀਆਂ ਕਰ ਲਏ। ਉਹ ਤੂੰ ਉਸਤਾਦ ਕੰਨੀ ਵੇਖ ਲੈ, ਕਿੰਨਾ ਜ਼ੋਰ ਲਾਇਆ, ਬਣਿਆ ਗਾਇਕੀ 'ਚ ਕੁਝ, ਉਹ ਤਾਂ ਦਿਹਾੜੀ ਕਰਨ ਜੋਗਾ ਵੀ ਨਹੀਂ ਰਿਹਾ। ਚੱਲ ਭੈਣ ਮਾ ਰਵੇ ਦੁਨੀਆ, ਤੂੰ ਆ ਕੰਮ ਨਿਬੇੜ, ਆਲੂ ਵਾਲੇ ਪਰੌਂਠੇ ਬਣਾ, ਚੱਲ ਫਿਰ ਲੈ ਨਜ਼ਾਰੇ ਦੁਨੀਆ ਦੇ। ਉਹ ਨਹੀਂ ਆਉਂਦਾ, ਉਹ ਤਾਂ ਭੱਜ ਗਿਆ, ਤੇਰਾ ਭੋਲਾ ਗੋਭੀ ਵਾਲਾ। ਨੀ ਚੱਲ, ਆਪਾਂ ਵੀ ਭਜਾਉਣਾ ਹੀ ਸੀ, ਐਵੇਂ ਇੱਥੇ ਭੁੱਖਾ ਮਰੀ ਜਾਂਦਾ। ਹੁਣ ਕੰਮ ਸੇ ਕੰਮ, ਉੱਥੇ ਕੰਮ ਕਰਕੇ ਤੇ ਖਾਊਗਾ, ਨਾਲੇ ਫੁਕਰੀਆਂ ਮਾਰਨ ਨਾਲ ਕਿਹੜਾ ਢਿੱਡ ਭਰ ਜਾਂਦਾ। ਹਾਏ ਮੇਰਾ ਭੋਲਾ, ਆਲੂ ਲਾਓ, ਗੋਭੀ ਲਾਓ, ਪ੍ਰਿੰਡ ਤੋਰੀ ਲਾਓ, ਚੱਪਣ ਕੱਦੂ ਲਾਓ ਭਾਈ, ਆਲੂ ਲਾਓ, ਗੋਭੀ ਲਾਓ, ਪ੍ਰਿੰਡ ਤੋਰੀ ਲਾਓ, ਚੱਪਣ ਕੱਦੂ ਲੈ ਲਓ ਬੀਬੀਓ। ਉਹ ਆ ਗਿਆ ਤੇਰਾ ਭੋਲਾ ਗੋਭੀ ਵਾਲਾ। ਜੇ ਏਦਾਂ ਹੀ ਮਿਹਨਤ ਕਰਨ ਤਾਂ ਦੁਨੀਆ 'ਚ ਕੋਈ ਵੀ ਭੁੱਖਾ ਨਾ ਸੋਵੇ। ਹੁਣ ਆਇਆ ਲੈਣ 'ਤੇ, ਹੁਣ ਚਾਹੇ ਮੇਰੇ ਨਾਲ ਵਿਆਹ ਵੀ ਕਰਾ ਲਵੇ, ਕਮ ਸੇ ਕਮ ਭੁੱਖੇ ਤਾਂ ਨਾ ਮਰਾਂਗੇ। ਅੱਛਾ ਕਰਾਂ ਗੱਲ ਫਿਰ, ਤੂੰ ਵੀ ਉਹਦੇ ਨਾਲ ਵੇਚਿਆ ਕਰੀ ਲਾਲ ਲਾਲ ਟਮਾਟਰ। ਨੀ ਜਾ ਵੀ, ਹੁਣ ਅਸੀਂ ਵੀ ਕਰ ਲਈਏ ਕੋਈ ਗੱਲਬਾਤ।
ਮੈਂ ਕਿਹਾ ਕਰਮਜੋਤ ਕੌਰੇ ਕੀ ਦੇਖਦੀ ਆ ਖੜੀ, ਆ ਜਾ ਚਿੰਬੜ ਜਾ ਮਖਿਆਲ ਵਾਂਗੂ। ਆਲੂ ਲੈ, ਗੋਭੀ ਲਓ, ਚਿਪਣ ਕੱਦੂ ਲਓ, ਲਾਲ ਟਮਾਟਰ ਲੈ ਭਾਈ। ਦਰਸ਼ਨ ਪਾਉਣਾ ਨੀ ਮਿਲਣਾ ਰੋਜ਼, ਮੈਂ ਤੈਨੂੰ ਰੱਜ ਕੇ ਜੀ ਪਰਚਾਉਣਾ ਨੀ ਮਿਲਣਾ ਰੋਜ਼।